ਵੀਡੀਓ ਦੇ ਵਿੱਚ ਤੁਹਾਨੂੰ ਕਈ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਅਤੇ ਗੱਡੀਆਂ ਜਿਹੜੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਮਨਪਸੰਦ ਦੀਆਂ ਮਿਲਣਗੀਆਂ ਤੁਹਾਨੂੰ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਹੀ ਜੀ। ਅਤੇ ਗੱਲਬਾਤ ਪੂਰੀ ਆਪਾਂ ਕਰਦੇ ਹਾਂ, ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ, ਉੱਪਰ ਹਮੇਸ਼ਾ ਵਾਰ ਵਾਰ ਚੱਲਦਾ ਰਹਿੰਦਾ। ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲ ਵੀ, ਕੋਈ ਕੋਠੀ ਹੈ, ਘਰ ਹੈ, ਕੋਈ ਗੱਡੀ ਹੈ, ਮੋਟਰਸਾਈਕਲ ਹੈ, ਬੁਲਟ ਹੈ, ਆਪਣਾ ਵਟਸਐਪ ਨੰਬਰ ਜਿਹੜਾ ਤੁਹਾਨੂੰ ਮੈਂ ਦਿੱਤਾ ਉੱਪਰ, ਉਸ ਨੰਬਰ 'ਤੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਫਰੀ ਦੇ ਵਿੱਚ। ਪਹਿਲੀ ਗੱਡੀ ਆਪਾਂ ਫੀਗੋ ਲੈ ਕੇ ਪਹੁੰਚੇ ਹਾਂ ਜੀ, 2011 ਮਾਡਲ ਗੱਡੀ ਹੈ, 1,55,000 ਰੁਪਇਆ ਇਸ ਗੱਡੀ ਦੀ ਡਿਮਾਂਡ ਮਾਲਕ ਵੱਲੋਂ ਆਪਣੇ ਕੋਲ ਪਹੁੰਚੀ ਹੈ। ਲੁਧਿਆਣੇ ਗੱਡੀ ਖੜ੍ਹੀ ਹੈ, ਪੰਜਾਬ ਨੰਬਰ ਹੈ ਜੀ। ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਬਹੁਤ ਸੋਹਣੇ, ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 75-80 ਪੈਸੇ ਮਿਲ ਜਾਊਗੀ। ਅਤੇ ਗੱਡੀ ਦੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਆਪਾਂ ਨੂੰ ਆਲ ਕੰਡੀਸ਼ਨ ਓਕੇ ਮਿਲੂਗੀ, ਸਾਰਾ ਕੰਮ ਟੋਟਲ ਕੀਤਾ ਕਿਰਾਇਆ ਮਿਲੂਗਾ, ਮੌਕੇ ਦੀ ਸਰਵਿਸ ਹੋਈ ਹੈ ਅਤੇ ਮੁਗਲੈਲ ਵਗੈਰਾ, ਫਿਲਟਰ ਵਗੈਰਾ ਸਾਰਾ ਕੁਛ ਚੇਂਜ ਕੀਤਾ ਹੋਇਆ। ਆਪਾਂ ਨੂੰ ਮੌਕੇ ਦਾ ਗੱਡੀ 'ਤੇ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ। ਲੁਧਿਆਣੇ ਖੜ੍ਹੀ ਹੈ, ਜਾ ਕੇ ਦੇਖ ਸਕਦੇ ਹੋ, ਕਾਗਜ਼ ਪੱਤਰ ਚੈੱਕ ਕਰ ਸਕਦੇ ਹੋ। ਅਤੇ ਨੰਬਰ ਜਿਨ੍ਹਾਂ ਦੀ ਗੱਡੀ ਹੈ ਜੀ, 8698-50-161। ਅਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ, ਨੰਬਰ 2 'ਤੇ ਅਲਟੋ 2010 ਮਾਡਲ, ਗੱਡੀ ਹਰਿਆਣਾ ਨੰਬਰ ਹੈ ਅਤੇ ਨੰਬਰ ਪਲੇਟਾਂ ਸਰਕਾਰੀ ਮਿਲ ਜਾਣਗੀਆਂ ਆਪਾਂ ਨੂੰ ਲੱਗੀਆਂ ਲਗਵਾਈਆਂ, ਅਤੇ ਰੇਟ 70,000। ਮਲੋਟ ਗੱਡੀ ਖੜ੍ਹੀ ਹੈ, ਜਾ ਕੇ ਕਿਸੇ ਨੇ ਦੇਖਣੀ ਹੈ, ਕਿਸੇ ਨੇ ਚਲਾ ਕੇ ਦੇਖਣੀ ਹੈ, ਕਿਸੇ ਨੂੰ ਗੱਡੀ ਪਸੰਦ ਆਈ ਹੈ, ਮਲੋਟ ਜਾ ਕੇ ਦੇਖ ਸਕਦੂ, ਚਲਾ ਕੇ ਦੇਖ ਸਕਦੂ। ਅਤੇ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈਗਾ, ਕਿਸੇ ਨੂੰ ਪਸੰਦ ਆਈ ਹੈ, ਚਲਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ, ਜਾ ਕੇ ਦੇਖਣੀ ਹੈ, ਟਰਾਈ ਲੈਣੀ ਹੈ ਗੱਡੀ ਦੀ, ਤਾਂ ਮਾਲਕ ਦੇ ਘਰ ਮਲੋਟ ਗੱਡੀ ਖੜ੍ਹੀ ਹੈ, ਜਾ ਕੇ ਦੇਖੋ ਤੁਸੀਂ। ਨੰਬਰ ਜਿਨ੍ਹਾਂ ਦੀ ਗੱਡੀ ਹੈ 62-36-31-243, ਮਾਲਕ ਨਾਲ ਤੁਹਾਡੀ ਸਿੱਧੀ ਗੱਲ ਹੋ ਜਾਵੇਗੀ ਅਤੇ ਸਿੱਧੀ ਗੱਲ ਤੁਸੀਂ ਮਾਲਕ ਨਾਲ ਕਰ ਲਿਓ ਜੀ। ਹੁਣ ਆਪਾਂ ਤੀਜੀ ਗੱਡੀ ਦੀ ਗੱਲ ਕਰਾਂਗੇ, ਆਪਣੇ ਕੋਲ ਡਸਟਰ ਪਹੁੰਚੀ ਹੈ ਜੀ, ਗੱਡੀ ਦੀ ਕੰਡੀਸ਼ਨ ਆ ਲੁੱਕੀ ਆ, ਪੰਜਾਬ ਨੰਬਰ ਹੈ ਜੀ, ਉੱਚੇ ਮਾਡਲ ਦੀ ਗੱਡੀ ਆ, ਵੱਡੀ ਗੱਡੀ ਆ, 14 ਮਾਡਲ ਹੈ, ਰੇਟ ਸਿਰਫ 1,60,000 ਰੁਪਇਆ। ਗੱਡੀ ਖੜ੍ਹੀ ਹੈ ਜੀ ਅੰਮ੍ਰਿਤਸਰ ਏਰੀਏ 'ਚ, ਨਵੇਂ ਟਾਇਰਾਂ 'ਚ ਗੱਡੀ ਆ, ਗੱਡੀ 'ਚ ਕੋਈ ਕਮੀ ਨਹੀਂ, ਬਹੁਤ ਵਧੀਆ ਗੱਡੀ ਹੈ ਅਤੇ ਵਧੀਆ ਚੱਲੀ ਹੋਈ ਹੈ, ਵਧੀਆ ਮਾਲਕ ਨੇ ਰੱਖੀ ਹੋਈ ਹੈ, ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ, ਕਿਸੇ ਨੂੰ ਵੀ ਪਸੰਦ ਆਉਂਦੀ ਹੈ। ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ, ਅੰਮ੍ਰਿਤਸਰ ਮਾਲਕ ਦੇ ਘਰ ਤੁਹਾਨੂੰ ਗੱਡੀ ਮਿਲ ਜੂਗੀ, ਅੰਮ੍ਰਿਤਸਰ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ, ਚਲਾ ਕੇ ਦੇਖ ਸਕਦੇ ਹੋ, ਇੰਜਣ ਗੇਅਰ ਟੈਸਟ ਡਰਾਈਵ ਕਰਕੇ ਸਾਰਾ ਕੁਛ ਅਤੇ ਪੂਰੀ ਆਪਦੀ ਚੈੱਕ ਕਰਕੇ ਅਤੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ ਜੀ। ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਹੋਰ ਵੀ ਕਰ ਲਾਂਗੇ, ਆਹ ਸਿਰਫ ਇੱਕ ਵਾਰੀ ਡਿਮਾਂਡ ਹੈ 1,60,000। ਬਾਕੀ ਤੁਸੀਂ ਜਾ ਕੇ ਜਦੋਂ ਦੇਖੋਗੇ ਅਤੇ ਮਾਲਕ ਬਾਈ ਨੂੰ ਮਿਲੋਗੇ ਅਤੇ ਬਹਿ ਕੇ ਗੱਲ ਕਰੋਗੇ, ਰੇਟ ਹੋਰ ਵੀ ਹੋ ਜੂਗਾ। ਨੰਬਰ ਸਕਰੀਨ 'ਤੇ ਹੈ ਜੀ ਜਿਨ੍ਹਾਂ ਦੀ ਗੱਡੀ ਹੈ, ਜਿਹੜੇ ਮਾਲਕ ਨੇ 96460-062-07, ਨੰਬਰ 'ਤੇ ਗੱਲ ਲਾਜ਼ਮੀ ਕਰ ਲਿਓ ਜੀ। ਐਂਡੀਗੋ CS ਗੱਡੀ ਕੱਪ ਲੈ ਕੇ ਪਹੁੰਚੀ ਹਾਂ, ਨੰਬਰ ਗੱਡੀ ਦਾ ਪੰਜਾਬ ਹੈ, 2014 ਮਾਡਲ ਗੱਡੀ ਹੈ, ਟਾਇਰਾਂ ਦੀ ਕੰਡੀਸ਼ਨ 80 ਪੈਸੇ ਆਪਾਂ ਨੂੰ ਮਿਲ ਜੂਗੀ। ਅਤੇ ਜਿੱਥੇ ਗੱਡੀ ਖੜ੍ਹੀ ਆ, ਮਾਲਕ ਦਾ ਏਰੀਆ ਫਤਿਹਗੜ੍ਹ ਚੂੜੀਆਂ, ਅਤੇ ਰੇਟ ਦੀ ਆਪਾਂ ਗੱਲ ਕਰੀਏ 95,000 ਰੁਪਇਆ
ਮਾਲਕ ਨੇ ਮੰਗਿਆ ਇੱਕ ਵਾਰੀ, ਬਾਕੀ ਐਡਜਸਟਮੈਂਟ ਹੋ ਜਾਊਗਾ। ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਆਲ ਓਕੇ ਮਿਲ ਚੁੱਕੀ, ਨੁਕਸ ਕੋਈ ਨਹੀਂ ਹੈਗਾ ਅਤੇ ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟਡ ਨਹੀਂ, ਗੱਡੀ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਹੈ। ਅਤੇ 95,000 ਰੁਪਇਆ ਰੇਟ ਹੈ, ਮੌਕੇ 'ਤੇ ਹੋਰ ਵੀ ਹੋ ਜੂਗਾ, ਉੱਚੇ ਮਾਡਲ ਦੀ ਗੱਡੀ ਹੈ, 14 ਮਾਡਲ ਹੈ। ਅਤੇ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਹੈ ਜੀ, ਅਤੇ ਗੱਡੀ ਘਰੇ ਖੜ੍ਹੀ ਹੈ ਇਹਨਾਂ ਦੀ, ਅਤੇ ਰੇਟ ਮਾਲਕ ਕਹਿੰਦੇ ਆ ਉੱਪਰ ਨੀਚੇ ਕਰ ਲਾਂਗੇ, ਅਤੇ ਇਹਨਾਂ ਦੇ ਤੁਹਾਨੂੰ ਘਰੇ ਮਿਲ ਜਾਣਗੇ। ਅਤੇ ਨੰਬਰ ਇੱਥੋਂ ਦਾ ਹੀ ਹੈ ਜੀ, ਤੁਸੀਂ ਨੋਟ ਕਰ ਸਕਦੇ ਹੋ, ਇਹਨਾਂ ਦੇ ਘਰ ਦਾ ਨੰਬਰ ਹੈ ਜੀ। ਅਤੇ ਮਾਲਕ ਦਾ ਬਾਹਰਲਾ ਨੰਬਰ ਤਾਂ ਲੱਗਣਾ ਨਹੀਂ, ਵਟਸਐਪ 'ਤੇ ਲੱਗੂਗਾ, ਅਤੇ ਤੁਹਾਨੂੰ ਮੈਂ ਇੱਥੋਂ ਦਾ ਨੰਬਰ ਦੇ ਤਾ ਕਿਉਂਕਿ ਫੈਮਿਲੀ ਮੈਂਬਰ ਇੱਥੇ ਹੀ ਹੈ ਜੀ। ਨੰਬਰ ਸਕਰੀਨ 'ਤੇ ਆਪਾਂ ਦੇ ਰੱਖਿਆ 7908059588, ਗੱਲਬਾਤ ਕਰ ਸਕਦੇ ਹੋ। ਇੱਕ ਆਪਾਂ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਅਲਟੋ, 8 ਮਾਡਲ ਗੱਡੀ ਹੈ, ਅਤੇ ਮਾਲਕ ਨੇ ਕਿਹਾ ਵੀ ਕਿਸੇ ਕੋਲ ਬੁਲਟ ਜਾਂ ਕੋਈ ਮੋਟਰਸਾਈਕਲ ਹੋਵੇ ਤਾਂ ਉਹਦੇ ਨਾਲ ਬਦਲ ਵੀ ਲੈਣਗੇ ਜੀ, ਅਤੇ ਪੈਸੇ ਉੱਪਰ ਨੀਚੇ ਹੋ ਜਾਣਗੇ। ਜੇ ਕਿਸੇ ਨੇ ਸਿੱਧੀ ਗੱਡੀ ਖਰੀਦਣੀ ਹੈ ਤਾਂ ਮਾਲਕ ਨੇ 65,000 ਰੁਪਇਆ ਰੇਟ ਮੰਗਿਆ, ਬਾਕੀ ਕਹਿੰਦੇ ਆ ਜੀ ਉੱਪਰ ਨੀਚੇ ਮਾੜਾ ਮੋਟਾ ਕਰ ਲਾਂਗੇ। ਅਤੇ ਖਨੌਰੀ ਗੱਡੀ ਖੜ੍ਹੀ ਹੈ, ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਤਾਂ ਜਾ ਕੇ ਦੇਖ ਲਓ, ਚੈਰੀ ਜੇ ਕਲਰ 'ਚ ਹੈ, ਅਤੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਪਈ ਹੈ, ਅੰਦਰੋਂ ਵੀ ਗੱਡੀ ਠੀਕ ਹੈ, ਬਾਹਰੋਂ ਵੀ ਠੀਕ ਹੈ, ਬਾਕੀ ਨੁਕਸ ਕੋਈ ਨਹੀਂ ਹੈਗਾ ਜੀ, ਚਲਾਉਣ 'ਚ ਵਧੀਆ। 8 ਮਾਡਲ ਹੈ ਅਤੇ 90414-29497 ਆਹ ਮਾਲਕ ਦਾ ਨੰਬਰ ਹੈ, ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ। ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਜੀ, ਵੀਡੀਓ ਸਾਰੀ ਤੁਸੀਂ ਦੇਖ ਲਈ ਅਤੇ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ, ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ। ਵਧੀਆ ਲੱਗੀ ਹੈ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ, ਅਤੇ ਕਿਸੇ ਕੋਲ ਕੋਈ ਮਸ਼ੀਨਰੀ ਹੈ, ਕੋਠੀਆਂ ਘਰ ਆ ਮਕਾਨ ਹੈ, ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਦਿੱਤਾ ਰਹਿੰਦਾ ਜੀ, 7814-38-764। ਆਪਾਂ ਐਡ ਜਿਹੜੀ ਲਗਾਵਾਂਗੇ ਬਿਲਕੁਲ ਫਰੀ ਦੇ ਵਿੱਚ ਲਗਾਵਾਂਗੇ ਜੀ ਤੁਹਾਡੀ, ਅਤੇ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਆਪਾਂ ਨਹੀਂ ਲੈਂਦੇ। ਅਤੇ ਕੋਈ ਵੀ ਵੇਚਣਾ ਚਾਹੁੰਦਾ ਤਾਂ ਭੇਜੋ ਆਪਣੇ ਕੋਲ, ਚਾਹੇ ਕਿਸੇ ਵੀ ਏਰੀਆ 'ਚ ਕੋਠੀ ਘਰ ਕੁਛ ਵੀ ਹੈ ਤੁਹਾਡੇ ਕੋਲ। ਅਤੇ ਜਿਵੇਂ ਤੁਸੀਂ ਪਹਿਲੀ ਵਾਰ ਆਏ ਹੋ ਜੀ, ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ, ਉਹਨੂੰ ਲਾਜ਼ਮੀ ਕਲਿੱਕ ਕਰ ਦਿਓ, ਸਾਰੇ ਦੱਬ ਦਿਓ ਜੀ, ਕੋਈ ਪੈਸਾ ਨਹੀਂ ਲੱਗਦਾ ਉਹਨੂੰ ਦੱਬਣ 'ਚ, ਸਾਰੇ ਦੱਬ ਦਿਆ ਕਰੋ ਅਤੇ ਸਪੋਰਟ ਕਰਿਆ ਕਰੋ ਜੀ ਫੁੱਲ। ਅਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸਿਓ ਲਾਜ਼ਮੀ ਮੈਨੂੰ, ਅਤੇ ਮਿਲਦੇ ਆਪਾਂ ਜਲਦੀ।